ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਦੇ ਲੋਕੋ ਤੁਹਾਨੂੰ ਬੜਾ ਦੁੱਖ ਹੋਊਗਾ ਜਿਹਦੀ ਮੈਂ ਗੱਲ ਸੁਣਾਉਣ ਲੱਗਿਆ ਮੈਂ ਉਹ ਗਰੀਬ ਪਰਿਵਾਰਾਂ ਦੀ ਗੱਲ ਕਰ ਲੱਗਿਆ ਜਿਹੜੇ ਮੰਗ ਕੇ ਖਾਂਦੇ ਸੀਗੇ ਕੁੱਲੀਆਂ 'ਚ ਰਹਿੰਦੇ ਸੀ ਕਈ ਵਾਰ ਤਾਂ ਹਨੇਰੀਆਂ ਦੇ ਵਿੱਚ ਉਹਨਾਂ ਦੇ ਛੱਪਰ ਵੀ ਉੱਡ ਜਾਂਦੇ ਸੀਗੇ ਤਾਂ ਪਿੰਡ ਸਾਰਾ ਇਕੱਠਾ ਹੋ ਕੇ ਉਹਨਾਂ ਦੀਆਂ ਝੁੱਗੀਆਂ ਉਹਨਾਂ ਦੀਆਂ ਲਿਆ ਕੇ ਦੇਣੀਆਂ ਫਿਰ ਉਹਨਾਂ ਨੇ ਕਦੇ ਉਹਨਾਂ ਦੇ ਨੇਰੀਆ ਚ ਪੱਲੜ ਪਾੜ ਜਾਂਦੇ ਸੀਗੇ ਫਿਰ ਉਹਨਾਂ ਨੂੰ ਪੱਲੜ ਜਿਵੇਂ ਕਿਵੇਂ ਨਾ ਕਿਵੇਂ ਕਰਕੇ ਪੱਲੜ ਲੋਕਾਂ ਨੇ ਪੈਸੇ ਇਕੱਠੇ ਕਰਕੇ ਪੱਲੜ ਲਾ ਕੇ ਦੇਣਾ ਅੱਜ ਮੈਂ ਗੱਲ ਕਰ ਲੱਗਿਆ ਜਿਹੜੇ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਇਹ ਆਪਦੇ ਆਪ ਨੂੰ ਇੰਨੇ ਕੰਮ ਘਰਾਂ ਦੇ ਦੱਸਦੇ ਆ ਕਿ ਇਹ ਮੈਂ ਹੁਣ ਇੱਥੇ ਗੱਲਾਂ ਕਰਾਂ ਕਿ ਪੰਜਾਬ ਦੇ ਲੋਕੋ ਇਹ ਕੀ ਔਰ ਕੀ ਕਹੀਏ ਕਿ ਤੁਸੀਂ ਦੱਸੋ ਏ ਆਪਦੇ ਆਪ ਨੂੰ ਚੜਿਆ ਇਸ ਟਾਈਮ ਕੋਈ ਮੰਤਰੀ ਬਣਿਆ ਬੈਠਾ ਕੋਈ ਮੁੱਖ ਮੰਤਰੀ ਬਣਿਆ ਬੈਠਾ ਤੇ ਕੋਈ ਐਮਐਲਏ ਬਣਿਆ ਬੈਠਾ ਉਹ ਆਪਦੇ ਆਪ ਨੂੰ ਆਮ ਘਰਾਂ ਦਾ ਦੱਸਦਾ ਕਿ ਅਸੀਂ ਆਮ ਘਰਾਂ ਆ ਗਰੀਬਾ ਘਰਾਂ ਦੇ ਵਿੱਚੋਂ ਆ ਮੈਂ ਭਗਵੰਤ ਮਾਨ ਦੀਆਂ ਤੁਹਾਨੂੰ ਗੱਲਾਂ ਪਹਿਲਾਂ ਦੱਸਦਾ ਫਿਰ ਮੈਂ ਤੁਹਾਨੂੰ ਗਾਂ ਦੀ ਗੱਲ ਕਰਦਾ ਵੀ ਆਮ ਹੈਗੇ ਕਿ ਨਹੀਂ ਹੈਗੇ ਅਸੀਂ ਆਪਸ ਵਿੱਚ ਬਦਲਾ ਲੈਂਦੇ ਸੀ ਵੀ ਮੈਂ ਥੋੜਾ ਜਿਹਾ ਬਹਿ ਕੇ ਥੱਕ ਗਿਆ ਆ ਜਿਹੜੇ ਬਣੇ ਅਕੜਾ ਮ ਚੌਧਰੀ ਆਹਾ ਵਾਹ ਵਾਹ ਆਏ ਵੀ ਨਹੀਂ ਪਤਾ ਕਰ ਦਿਓ ਗੱਲ ਸੱਚੀ ਆ ਜਾਂ ਝੂਠੀ ਆ ਚੱਕ ਦਿਓ ਭਵੰਤਵਾਨ ਦੇ ਪਰੂਧਾ ਚੱਲਣ ਦਿਓ ਗੱਲ ਐ ਉਹਨਾਂ ਨੂੰ ਬਸ ਇਹੀ ਕਿ ਇੱਕ ਚਿੰਤਾ ਖਾਈ ਜਾਂਦੇ ਆ ਵੀ ਆਮ ਘਰਾਂ ਦੇ ਮੁੰਡੇ ਕਿਉਂ ਆ ਗਏ ਇਹ ਕੁਰਸੀਆਂ ਤਾਂ ਸਾਡੇ ਵਾਸਤੇ ਬਣੀਆਂ ਸੀ ਅਸੀਂ ਆਪ ਬਚ ਬਦਲਾ ਲੈਂਦੇ ਸੀ ਵੀ ਮੈਂ ਥੋੜਾ ਜਿਹਾ ਬੈ ਕੇ ਥੱਕ ਗਿਆ ਮੈਂ ਥੋੜਾ ਜਿਹਾ ਪੈਸਾ ਪੁੱਛਾ ਜਿੰਨਾ ਕਮਾਇਆ ਹੈ ਉਹ ਦੁਬਈ ਦੁਬਈ ਹੋੜੇ ਕਹੀ ਜਾਂਦਾ ਵੀ ਇਹ ਇਹਨਾਂ ਨੂੰ ਦੁੱਖ ਤਾਂ ਵੀ ਇਹ ਆਮ ਘਰਾਂ ਦੇ ਯਾਰ ਕੁਰਸੀਆਂ ਤੇ ਕਿਵੇਂ ਬਹਿ ਗਏ ਆ ਮੈਂ ਪਹਿਲਾਂ ਵੀ ਦੱਸ ਕੇ ਟਿਆ ਵੀ ਭਗਵਾਨ ਜੀ ਤਮਨ ਸਿਆਂ ਬਸ ਉਹਨਾ 5 ਸਾਲ ਇਹੀ ਭਾਸ਼ਣ ਦੇ ਕੇ ਸਾਰੇਗਾ ਤੇਰੇ ਬਣੇ ਦਾ ਫਾਇਦਾ ਕੀ ਹੋਇਆ ਆਮ ਘਰ ਜੇਕਰ ਤੂੰ ਦੱਸਦਾ ਤਾਂ ਆਮ ਘਰ ਕਈਏ ਕਿਨੂੰ ਭਗਵਾਨ ਜੀ ਪਹਿਲਾਂ ਤੁਹਾਡੀ ਗੱਲ ਦਾ ਜਵਾਬ ਦੇ ਦੇਵਾਂ ਕਿ ਜਿਹਦਾ ਪੁੱਤ ਜਿਹਦਾ ਪਿਓ ਮਾਸਟਰ ਹੋਵੇ ਉਹਦੇ ਘਰੇ ਮਾਸਟਰੀ ਦੀ ਤਨਖਾਹ ਹੁੰਦੀ ਹੋਵੇ ਤੇ ਉਹ ਚੰਗਾ ਖਾਣ ਨੂੰ ਚੰਗਾ ਪੈਣ ਨੂੰ ਉਹਨੇ ਪਾਇਆ ਹੋਵੇ ਕੀ ਉਹ ਆਮਕਾਰ ਹੁੰਦਾ ਜਾਂ ਜਿਹੜਾ ਝੁੱਗੀਆਂ ਦੇ ਵਿੱਚ ਰਹਿੰਦਾ ਹੋਵੇ ਔਰ ਉਹ ਇਹ ਮੰਗ ਕੇ ਰੋਟੀ ਖਾਂਦਾ ਹੋਵੇ ਇੱਕ ਡੰਗ ਦੀ ਕੋਈ ਰੋਟੀ ਖਾ ਲਵੇ ਦੂਜੀ ਤਾਂ ਉਹਨੂੰ ਫਿਕਰ ਬਣ ਜਾਵੇ ਕੀ ਆਮਕਾਰ ਉਹ ਹੁੰਦਾ ਕਿ ਐਸ਼ ਕਰਨ ਵਾਲਾ ਆਮਕਾਰ ਹੁੰਦਾ ਕੀ ਕੋਈ ਫੋਰਚੂਨਰ ਗੱਡੀਆਂ ਦੇ ਵਿੱਚ ਘੁੰਮਦਾ ਹੋਵੇ ਔਰ ਐਮਪੀ ਬਣਿਆ ਹੋਵੇ ਐਮਪੀ ਦੀ ਤਨਖਾਹ ਹੁੰਦੀ ਹੋਵੇ ਫਿਰ ਐਮਪੀ ਦੀ ਪੈਨਸ਼ਨ ਹੁੰਦੀ ਹੋਵੇ ਤੀਜੀ ਵਾਰੀ ਉਹ ਸਿੱਧਾ ਮੁੱਖ ਮੰਤਰੀ ਬਣ ਜਾਵੇ ਕੀ ਆਮ ਘਰਾਂ ਦਾ ਪੁੱਤ ਉਹ ਹੁੰਦਾ ਕੀ ਆਮ ਘਰਾਂ ਦਾ ਉਹ ਹੁੰਦਾ ਝੂਠਾ ਨੰਬਰ 1 ਇਹ ਕਾਈ ਸੀ ਕਿ ਬਾਪ ਨੰਬਰੀ ਤੇ ਬੇਟਾ 10 ਨੰਬਰੀ ਕੇਸਰੀ ਆਲਾ ਜਿਹੜਾ ਉਹ ਤਿੰਨ ਗੱਪ ਮਾਰਦਾ ਤੇ ਸਾਡੇ ਆਲਾ ਜਿਹੜਾ ਭਗਵਾਨ ਕਮਾਨ ਇਹ 300 ਗੱਪ ਮਾਰਦੇ ਨੇ ਸਾਰੀ ਲੀਹ ਪਾਰ ਕਰਤੀ ਇਹ ਆਪਣਾ ਅਖੇ ਇੱਕ ਦਿਨ ਮੈਨੂੰ ਗਰਦਾਸ ਮਾਨ ਦਾ ਫੋਨ ਆਇਆ ਮੈਨੂੰ ਕਹਿੰਦਾ ਕੀ ਕਰਦਾ ਫਿਰਦਾ ਮੈਂ ਕਿਹਾ ਜੀ ਕਰਜ਼ਾ ਲਾਂਦਾ ਫਿਰਦਾ ਉਹ ਕਹਿੰਦਾ ਤੇਰੇ ਤੇ ਕਾਹਦਾ ਕਰਜ਼ਾ ਕਹਿੰਦਾ ਮੈਂ ਇਸ ਪਿੰਡ ਦੇ ਵਿੱਚ ਆਇਆ ਸੀ ਤੇ ਇੱਥੇ ਪਤਾ ਨਹੀਂ ਕੋਈ ਟੂਰਨਾਮੈਂਟ ਦਾ ਦੱਸਿਆ ਸੀ ਮੈਂ ਇਹਨਾਂ ਤੋਂ ਕਮੇਡੀ ਕਰਨ ਦਾ ਖੌਰੇ ਲੱਖਾਂ ਰੁਪਈਆ ਲਿਆ ਸੀ ਦੱਸੀ ਜਾਂਦਾ ਰਕਮ ਕਹਿੰਦਾ ਲੱਖਾਂ ਰੁਪਈਆ ਲਿਆ ਸੀ ਹੁਣ ਇਹਨਾਂ ਦਾ ਉਹ ਮੈਂ ਐਮਪੀ ਮੁੱਖ ਮੰਤਰੀ ਬਣ ਕੇ ਵਾਪਸ ਕਰਦਾ ਫਿਰਦਾ ਜਿਹੜਾ ਬੰਦਾ 2-2 ਘੰਟਿਆਂ ਦਾ ਲੱਖਾਂ ਰੁਪਈਆ ਲੈਂਦਾ ਹੋਵੇ ਮੈਡੀਅਨ ਹੋਵੇ ਲੋਕਾਂ ਨੂੰ ਟੀਚਰਾਂ ਕਰਕੇ ਡਿਪਾਰਟਮੈਂਟ ਨੂੰ ਟੀਚਰਾਂ ਕਰਕੇ ਕਾਹਦਾ ਪੈਸਾ ਉਹਨੇ ਚਲਾਇਆ ਹੋਵੇ ਬਾਅਦ ਦੇ ਵਿੱਚ ਉਹ ਆਪਦੇ ਆਪ ਨੂੰ ਐਮਪੀ ਬਣ ਐਮਪੀ ਬਣ ਜਾਵੇ ਐਮਪੀ ਬਣ ਤੋਂ ਮੁੱਖ ਮੰਤਰੀ ਬਣ ਜਾਵੇ ਯਾਰ ਪਹਿਲੇ ਦਿਨੋ ਹੀ ਥੋਟੀ ਰੋਟੀ ਚੰਗੀ ਚੱਲਦੀ ਰਹੀ ਆ ਮੈਂ ਤਾਂ ਇਹੀ ਗੱਲ ਦਾ ਜਵਾਬ ਪੁੱਛਦਾ ਵੀ ਹੁਣ ਤੁਸੀਂ ਦੱਸੋ ਆਮ ਤੁਸੀਂ ਕਦੋਂ ਸੀ ਤੇ ਖਾਸ ਤੁਸੀਂ ਕਿਵੇਂ ਬਣ ਗਏ ਮੈਨੂੰ ਉਹ ਦੱਸਿਆ ਜੀ ਨਾਲ ਹੁਣ ਭਵੰਤਮਾਨ ਮੇਰਗਾ ਜਿਹੜੀਆਂ ਗੱਲਾਂ ਉਹ ਕੰਨ ਖੋਲ ਕੇ ਸੁਣ ਲਈ ਜੇਕਰ ਮੇਰਾ ਪ੍ਰਾਹ ਕੰਨ ਕੁੰਡਲਦਾ ਹੋਵੇ ਤਾਂ ਲੋਗੜ ਕੱਢ ਕੇ ਸੁਣ ਲਈ ਤੁਸੀਂ ਇਹ ਕਹਿੰਨੇ ਆ ਕਿ ਕੜਮ ਚੌਧਰੀ ਉੱਠਿਆ ਉੱਠੇ ਹੋਣਗੇ ਅਸੀਂ ਕੜਮ ਚੌਧਰੀਆਂ ਤੋਂ ਕੀ ਲੈਣਾ ਮੈਂ ਸਿਰਫ ਇਹ ਕਹਿਣਾ ਤੇਰੇ ਭਾਸ਼ਨ ਦੇ ਨਾਲ ਬਦਲਿਆ ਕੀ ਆ ਬੈਂਕਾਂ ਦੇ ਵਿੱਚ ਸੁਣਵਾਈ ਅੱਗੇ ਵੀ ਗਰੀਬਾਂ ਦੀ ਨਹੀਂ ਹੁੰਦੀ ਸੀ ਤੇ ਅੱਜ ਵੀ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਤੇਰੇ ਆਉਣ ਦੇ ਨਾਲ ਬਦਲਿਆ ਕੀ ਬਸ ਇਹੀ ਪੁੱਛਣਾ ਮੈਂ ਫੇਰ ਤੁਸੀਂ ਜਿੰਨਾਂ ਨੂੰ ਕ੍ਰਮ ਚੌਧਰੀ ਦੱਸਦੇ ਆ ਤੇਰੇ ਵਾਲੇ ਮੰਤਰੀ ਆ ਇੱਕ ਮੀਤ ਹੈਰ ਹਰਪਾਲ ਸਿੰਘ ਚੀਮਾ ਜੀ ਤੇ ਨਾਲ ਹੀ ਅਮਨ ਅਰੋੜਾ ਇਹ ਕੋਚੇ ਛੋਲੇ ਖਾਂਦੇ ਖਾਂਦੇ ਐਮਕੇ ਹੋਟਲ ਦੇ ਵਿੱਚ ਬਹਿ ਗਏ ਉੱਥੇ ਉਹਨਾਂ ਨੇ ਕਿਹਾ ਵੀ ਭਾਈ ਸਾਨੂੰ ਕਰਾਇਆ ਦੋ ਕਮਰੇ ਦਾ ਉੱਥੇ ਨਾਲੇ ਉਹਨਾਂ ਨੂੰ ਨੋਟਿਸ ਘੜਾਤੇ ਇਹ ਗੱਲਾਂ ਮੈਂ ਨਹੀਂ ਇਹ ਮਜੀਠੀਆ ਕਰਦਾ ਪੁੱਛ ਜਾ ਕੇ ਉਹਨੂੰ ਮੈਂ ਕੋਈ ਉਹ 5500 ਰੁਪਿਆ ਜਿਹੜੇ ਹੋਟਲ ਵਾਲੇ ਸੀ ਮੈਂ ਕੋਈ ਉੱਥੇ ਉਹਨਾਂ ਦੀ ਛਲਾਂਗਾ ਨਹੀਂ ਕਰਦਾ ਕਿ ਜਿਹੜਾ 5500 ਰੁਪਿਆ ਕੋਈ ਇੱਕ ਦਿਨ ਦਾ ਲਈ ਜਾਂਦਾ ਉਹ ਐਡੀ ਮਗਹਾਈ ਆ ਹੋਟਲ ਆ ਇਹਨੂੰ ਨੱਥ ਨੂੰ ਉੱਥੇ ਤਾਂ ਪਾਓ ਤੁਸੀਂ ਸਾਰੇ ਹੋਟਲਾਂ ਨੂੰ بڑے ਲੋਕ ਆ ਫਿਰ ਐ ਤਾਂ ਕੋਈ ਚਲੋ ਮੈਂ ਕਹਿੰਨਾ ਵੀ ਕਿੱਥੇ ਤਾਂ ਮਹੀਨੇ ਦਾ ਲੋਕ 6-6000 ਚ ਕੋਠੀਆਂ ਹੀ ਕਿਰਾਏ ਤੇ ਦਿੰਦੀਆਂ ਕਿੱਥੇ ਚਲੋ ਮੈਂ ਹੁਣ ਕੀ ਗੱਲਾਂ ਕਰਾਂ ਵੀ ਕੀ ਕਿਸੇ ਅੱਗੇ ਮੰਤਰੀ ਨੇ ਇਹੋ ਜਿਹੇ ਹੋਟਲ ਬੰਦ ਕਰਾਏ ਸੀ ਆਮ ਘਰ ਇਹੋ ਜੇ ਕੰਮ ਕਰਨਗੇ ਕਿਹਦਾ ਤੇਰੀ ਵੀ ਸਰਕਾਰ ਦੇ ਚੱਲਦੇ ਆ ਤੇ ਬਦਲਿਆ ਕੀ ਮੈਨੂੰ ਦੱਸ ਦੇਵੀਂ ਅੱਗੇ ਕੈਪਟਨ ਤੇ ਬਾਦਲਾਂ ਦੀ ਗੱਲ ਕਰਦਾ ਚੱਲ ਲਖੇ ਦੁਬਈ ਮੇਰਾ ਪੈਸਾ ਗਿਆ ਮੈਂ ਥੱਕ ਗਿਆ ਤੂੰ ਬਹਿ ਜਾ ਮੈਂ ਥੱਕ ਗਿਆ ਤੂੰ ਬਹਿ ਜਾ ਜਿਹੜਾ ਕਰਜ਼ਾ ਉਹ ਕਦੇ 50 ਸਾਲਾਂ 'ਚ ਚੜਾਉਂਦੇ ਸੀ ਉਹ ਤੂੰ ਕਰਜ਼ਾ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਆ 1.5 ਸਾਲ ਦੇ ਵਿੱਚ ਚੜਾਇਆ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਕੈਪਟਨ ਮਰਿੰਦਰ ਸਿੰਘ ਨੇ 10 ਸੀਟਾਂ ਦਾ ਜਹਾਜ਼ ਛੇਤੀ ਕਿਤੇ ਆ ਕੇਂਦਰ ਨੂੰ ਕਿਰਾਏ ਤੇ ਨਹੀਂ ਲੈ ਕੇ ਦਿੱਤੇ ਸੀ ਨਾਲੇ ਕੇਂਦਰ ਨਾਲ ਸਿੱਧੀ ਹੁੰਦੀ ਸੀ ਤੂੰ ਕੇਦਰੀyal ਨੂੰ 10 ਸੀਟਾਂ ਦੇ ਜਹਾਜ਼ ਕਿਰਾਏ ਤੇ ਲੈ ਕੇ ਦਿਨਾ ਉਹ ਸਾਡਾ ਪੈਸਾ ਬਰਬਾਦ ਹੋ ਰਿਹਾ ਇਹ ਤਾਂ ਚਲੋ ਉਹਨਾਂ ਦੀਆਂ ਗੱਲਾਂ ਆ ਗਈਆਂ ਮੈਂ ਕੋਈ ਉਹਨਾਂ ਦੇ ਇੱਥੇ ਛਲਾਂਗਾ ਨਹੀਂ ਕਰ ਰਿਹਾ ਪਰ ਸੱਚ ਬੋਲਿਆ ਜਾਂਦਾ ਨਾਲ ਹੁਣ ਮੈਨੂੰ ਇਹ ਦੱਸ ਕਿ ਥਾਣੇ ਚੈਰੀਆਂ ਦੇ ਵਿੱਚ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਚਿੱਟਾ ਇਥੋਂ ਬੰਦ ਨਹੀਂ ਹੁੰਦਾ ਵੀਜੇ ਲੱਗਣੇ ਇਥੋਂ ਬੰਦ ਨਹੀਂ ਹੁੰਦੇ ਨੌਜਵਾਨ ਨਸ਼ਿਆਂ ਦੇ ਨਾਲ ਮਰਨੋ ਬੰਦ ਨਹੀਂ ਹੁੰਦੇ ਜਿਹੜੇ ਨਰੇਗਾ ਦੇ ਵਿੱਚ ਕੰਮ ਕਰ ਲੈਂਦੇ ਆ ਜਿਹੜੇ ਵਿਚਾਰੇ ਮਰਦੇ ਆ ਧੁੱਪ ਦਪਹਿਰਾਂ ਚ ਉਹਨਾਂ ਦੇ ਕੰਮਕੀਤਿਆਂ ਦੇ ਛੇਤੀ ਪੈਸੇ ਨਹੀਂ ਆਉਂਦੇ ਤੇਰੀ ਸਰਕਾਰ ਦੇ ਵਿੱਚ ਬਦਲਿਆ ਕੀ ਆ ਮੈਨੂੰ ਤੂੰ ਕਿਰਪਾ ਕਰਕੇ ਇੰਨਾ ਕੁ ਦੱਸ ਤੇ ਆਮ ਲੋਕ ਕੌਣ ਹੁੰਦੇ ਆ ਜਿਨ੍ਹਾਂ ਨਾਲ 110 ਗੱਡੀਆਂ ਤੂੰ ਆਮ ਜਾ ਤੁਹਾਡੇ ਪਰਿਵਾਰ ਦੇ ਨਾਲ ਗਨਮੈਨ ਤੁਹਾਡੇ ਕੋਲ ਸੋਨਾ ਤੇ ਤਿੰਨ ਤਿੰਨ ਲੱਖ ਦੇ ਬੂਟ ਪਾਉਣ ਵਾਲਾ ਇਹ ਆਮ ਜਾਂ ਜਿਹੜੇ ਲੋਕ ਧੁੰਦਾਂ ਦੇ ਵਿੱਚ ਐ ਠੰਡਾਂ ਦੇ ਵਿੱਚ ਹਵਾ ਦੇ ਜਦੋਂ ਮੋਟਰਸਾਈਕਲਾਂ ਤੇ ਬੈਂਦੇ ਆ ਲੋਕ ਮੋਟਰਸਾਈਕਲਾਂ ਤੇ ਚੱਪਲਾਂ ਦੇ ਜਿਹੜੇ ਵਿਚਾਰੇ ਗਰੀਬੀ ਦਾਅਵੇ ਕਰਦੇ ਆ ਉਹ ਅਗਰ ਉਹ ਗਰੀਬ ਆ ਉਹ ਆਮ ਲੋਕ ਆ ਕਿ ਤੂੰ ਆਮ ਲੋਕਾਂ ਪਾਟੇ ਪੁਰਾਣਿਆਂ ਕੱਪੜਿਆਂ ਦੇ ਵਿੱਚ ਆ ਗਰੀਬ ਲੋਕ ਫਿਰਦੇ ਆ ਉਹ ਆਮ ਕਿ ਭਰਾਵਾ ਤੇਰੇ ਮੰਤਰੀ ਆ ਵਾ ਸਾਨੂੰ ਦੱਸ ਦੇ ਜੇਕਰ ਪਹਿਲੀਆਂ ਪੱਠੇ ਵਾਲੇ ਮੰਤਰੀ ਬਣ ਗਏ ਅੱਜ ਕੀ ਉਹ ਯਾਰ ਉਹ ਆਮ ਲੋਕ ਸੀ ਮੈਨੂੰ ਅੱਜ ਦੱਸੋ ਅੱਜ ਆਮ ਹੈਗੇ ਆ ਕਿ ਨਹੀਂ ਆ ਗਏ ਦੱਸੋ ਤੁਸੀਂ ਜਿਹੜੇ ਲੋਕ ਮਹਿੰਗੀਆਂ ਰਿੰਗਾ ਪੌਣ ਉਹ ਆਮ ਹੁੰਦੇ ਆ ਜਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬੋਕਰਾਂ ਹੀ ਰਹਿਣ ਕੰਮ ਕਰਨ ਵਾਲੀਆਂ ਜਾਂ ਗੋਇਆ ਹੀ ਰਵੇ ਜਾਂ ਜਿਹਦੇ ਹੱਥ 'ਚ ਪੋਚਾ ਹੀ ਹੋਵੇ ਉਹ ਆਮ ਹੁੰਦੇ ਆ 10 ਕੰਜਵਾਰਤਾ ਦੇ ਮਾੜਾ ਜਾਂ ਬੜਾ ਧੂ ਆਮ ਬਣਿਆ ਫਿਰਦਾ ਆਮ ਉਹ ਆ ਜਿਹੜਾ ਖੇਤਾਂ 'ਚ ਜਾਂਦਾ ਫਿਰਦਾ ਕਿ ਆਮ ਉਹ ਆ ਜਿਹੜਾ ਕਾਰਾਂ 'ਚ ਨਜ਼ਾਰੇ ਲੈਂਦਾ ਫਿਰਦਾ ਦੱਸੋ ਭਾਈ ਆਮ ਉਹ ਆ ਜਿਹੜਾ ਦੋ ਡੰਗ ਦੀ ਰੋਟੀ ਨੂੰ ਤਰਸਦਾ ਫਿਰਦਾ ਤੇ ਆਮ ਉਹ ਆ ਕਿ ਜਿਹੜਾ ਕਰੋੜਾਂ ਦੇ ਰੀਮਣ ਕੱਟਦਾ ਫਿਰਦਾ ਆਮ ਦੱਸੋ ਕਿਹੜਾ ਆਮ ਉਹ ਆ ਜਿਹੜਾ ਇੱਥੇ ਛੜਕਾਂ ਤੇ ਰੋਲਦਾ ਫਿਰਦਾ ਰੋਜ਼ਗਾਰ ਹੈ ਨਹੀਂਗਾ ਤੇਰੇ ਵਰਗੇ ਦੀਆਂ ਤਨਖਾਹਾਂ ਲੱਖਾਂ ਰੁਪਈਆ ਆਮੋ ਆ ਕਿ ਛੜਕਾਂ ਤੇ ਰੋਲ ਨਾਲ ਆ ਆ ਬਦਲਿਆ ਕੀ ਆ ਸਾਨੂੰ ਬਦਲਦਾ ਦੱਸੋ ਅੱਜ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਪੁੱਛਦਾ ਵੀਜੇ ਲੱਗਣੋਂ ਇੱਥੋਂ ਬੰਦ ਨਹੀਂ ਹੋਏ ਸੱਤ ਸਮੁੰਦਰੋਂ ਪਾਰ ਨੌਜਵਾਨ ਜਾਣੋਂ ਇੱਥੋਂ ਬੰਦ ਨਹੀਂ ਹੋਏ ਇਹਦੀ ਸਰਕਾਰ ਨੇ ਬਦਲਾ ਲਿਆਂਦਾ ਕੀ ਆ ਕਿਸਾਨ ਪਹਿਲਾਂ ਵੀ ਧਰਨੇ ਲਾਉਂਦੇ ਸੀ ਉਦੋਂ ਕੀ ਸੀ ਕਿਸਾਨਾਂ ਨਾਲ ਧੱਕਾ ਹੁੰਦਾ ਅੱਜ ਵੀ ਕਿਸਾਨ ਧਰਨੇ ਲਾਉਂਦੇ ਆ ਤੇ ਅੱਜ ਇਹ ਕਹਿੰਦਾ ਮੈਨੂੰ ਕੰਮ ਨਹੀਂ ਕਰਨ ਦਿੰਦੇ ਫੇਰ ਤੂੰ ਉਹਨਾਂ ਵਾਰੀ ਕਿਉਂ ਬੋਲਦਾ ਸੀ ਉਹ ਆਹੀ ਟੀਚਰਾਂ ਨੂੰ ਕੁੱਟੇ ਜਾਣਾ ਉਹ ਆਹੀ ਅਧਿਆਪਕਾਂ ਦੇ ਲਾਠੀ ਚਾਰਜ ਹੋਣੇ ਤੇਰੀ ਬੀਬਾ ਅਨਮੋਲ ਗਗਨਮਾਨ ਜਾ ਕੇ ਐਵੇਂ ਪਾਣੀ ਦੀਆਂ ਚਾਰ ਬਿਛਾੜਾਂ ਪਵਾ ਕੇ ਤੇ ਜਾ ਕੇ ਬੈੱਡ ਤੇ ਲੇਟ ਜਾਣਾ ਫੋਨ ਵੀ ਉਵੇਂ ਚੱਲਦਾ ਹੁੰਦਾ ਸੀ ਉਦੋਂ ਇਹ ਕੰਮ ਹੁੰਦੇ ਸੀ ਤੇ ਕਹਿੰਦੇ ਸੀ ਧੱਕਾ ਚੱਲਦਾ ਅੱਜ ਤੇਰੇ ਵਾਰੀ ਹੁੰਦਾ ਤਾਂ ਤੂੰ ਕਹਿੰਨਾ ਮੈਨੂੰ ਸਮਝਾ ਦਿਓ ਇਹ ਕੰਮ ਕੀ ਹੋ ਰਿਹਾ ਦੱਸ ਦੇ ਸਾਨੂੰ ਦੱਸ ਜਦੋਂ ਤੂੰ ਕਰੇ ਤਾਂ ਕਹਿ ਲੈਣਾ 75 ਸਾਲ ਹੋ ਗਏ ਆ ਐ ਕਰਤਾ ਜੀ ਮੈਂ ਉਹ ਕਿਤੋਂ ਛੱਡ ਬਈ ਸਮੇ ਸਮੇ ਦੀਆਂ ਸਰਕਾਰਾਂ ਆਈਆਂ ਕੀ 70 75 ਸਾਲ ਲਈ ਆ ਕੁਝ ਲੋਕ ਕਹਿਣਗੇ ਤੂੰ ਪਹਿਲਾਂ ਨਹੀਂ ਬੋਲਦਾ ਸੀ ਗੱਲ ਸੁਣੋ ਇਧਰ ਝਾਤੀ ਮਾਰ 2017 ਤੋਂ ਲੱਗਿਆ ਬੋਲਣ ਸਾਰੀਆਂ ਪਾਰਟੀਆਂ ਤੇ ਬੋਲਦਾ ਕੋਈ ਮੇਰੇ ਨੇੜੋ ਨਹੀਂ ਲੱਗਦੀਗੀ ਤੇ ਨਾ ਹੀ ਆ ਨੇੜੋ ਇਹ ਪਾਰਟੀ ਲੱਗਦੀ ਆ ਨਾ ਹੀ ਇਹ ਮੇਰੇ ਦੁਸ਼ਮਣ ਆ ਤੇ ਨਾ ਹੀ ਇਹ ਮੇਰੇ ਸੱਜਣਾ ਬਸ ਮੈਨੂੰ ਇਹ ਦੱਸੋ ਵੀ ਬਦਲਿਆ ਕੀ ਆ ਲੋਕ ਤਾਂ ਸਾਡੇ ਪਹਿਲਾਂ ਵੀ ਮਰਦੇ ਪਹਿਲਾਂ ਵੀ ਲੋਕਾਂ ਦੀਆਂ ਛੱਤਾਂ ਚੁੰਦੀਆਂ ਸੀ ਛੱਤਾਂ ਅੱਜ ਵੀ ਚੁੰਦੀਆਂ ਫਿਰਦੀਆਂ ਪਹਿਲਾਂ ਵਾਲੇ ਜਿਹੜੇ ਮੁੱਖ ਮੰਤਰੀ ਸੀ ਜਦੋਂ ਆ ਪਾਣੀ ਆਉਣੇ ਉਦੋਂ ਉਹ ਵੀ ਤੇਰੇ ਤਰ੍ਹਾਂ ਗੇੜਾ ਕੱਢਦੇ ਸੀ ਤੇ ਉਹ ਕਹਿੰਦੇ ਸੀ ਅਸੀਂ ਬਹੁਤ ਕੋਸ਼ਿਸ਼ ਦਿੱਤਾ ਤੂੰ ਉਹਨਾਂ ਦੀ ਰੀਸ ਲਾ ਦਿੰਦਾ ਸੀ ਆਖੇ ਕੈਪਟਨ ਦੀ ਪਜਾਮੀ ਚੜਾਉਂ ਤੀ ਇਹ ਲਾ ਪੰਜ ਬੰਦੇ ਚਾਹੀਦੇ ਆ ਅੱਜ ਤੇਰੇ ਪਜਾਮੇ ਲਿੱਬੜਦੇ ਰਏ ਪਾਣੀ ਦੇ ਵਿੱਚ ਉਹ ਫੋਟਮਾ ਕਰਾਉਂਦਾ ਰਿਆਂ ਪਰ ਸਾਨੂੰ ਇੰਨਾ ਦੱਸ ਭਗਵੰਤ ਮਾਨਸਿਆ ਬਦਲਿਆ ਕੀ ਆ ਸਾਡੇ ਪੁੱਤ ਅੱਜ ਵੀ ਨਸ਼ੇ 'ਚ ਮਰੀ ਜਾਂਦੇ ਆ ਸਾਡੇ ਧੀ ਪੁੱਤ ਅੱਜ ਵੀ ਰੁਲੀ ਜਾਂਦੇ ਆ ਅੱਜ ਵੀ ਨਸ਼ਾ ਅੱਜ ਵੀ ਚਿੱਟੇ ਦੇ ਕਾਰਨ ਜਾਂ ਤਾਂ ਨਵੀਆਂ ਧੀਆਂ ਪੈਣਾ ਵਿਆਹੀਆਂ ਮੈਂ ਕੀ ਕਹਾਂ ਇੱਥੇ ਉਹਨਾਂ ਦੇ ਸੁਹਾਗ ਸਿਰ ਤੋਂ ਉੱਠ ਰਹੇ ਆ ਔਰ ਜਾਂ ਤਲਾਕ ਹੋ ਰਹੇ ਆ ਸਾਨੂੰ ਇੰਨਾ ਕ ਦੱਸਦੇ ਪਹਿਲਾਂ ਵੀ ਹੁੰਦਾ ਸੀ ਤੇ ਅੱਜ ਵੀ ਹੁੰਦਾ ਅਜ ਬਦਲਿਆ ਕੀ ਆ ਤੇਰੀ ਸਰਕਾਰ ਦੇ ਵਿੱਚ ਸਾਨੂੰ ਬਦਲਾ ਦੱਸ ਕੋਸ਼ ਨਹੀਂ ਕੋਈ ਚੀਜ਼ ਨਹੀਂ ਕੋਈ 100 ਰੁਪਿਆ ਮਹੀਨਾ ਨਹੀਂ ਮੰਗਦਾ ਮੈਂ ਇਹ ਚੀਜ਼ ਦੇ ਹੱਕ ਦੇ ਵਿੱਚ ਨਹੀਂ ਬਦਲਾ ਦੱਸ ਬਦਲਾ ਸੀ ਸਿਹਤ ਸਿੱਖਿਆ ਰੋਜ਼ਗਾਰ ਦਾ ਜੇ ਆਇਆ ਤਾਂ ਦੱਸ ਆਹ ਮhalla ਕਲੀਨਿਕ ਬਣਾ ਕੇ ਕੀ ਲੋਕ ਅੱਜ ਬਿਨਾ ਹੌਸ ਅੱਜ ਕਹ ਲੋ ਬਿਨਾ ਇਲਾਜ ਤੋਂ ਹਸਪੀਟਲਾਂ ਦੇ ਵਿੱਚ ਚੀਕਾਂ ਮਾਰਦੇ ਆ ਉਹ ਪਹਿਲਾਂ ਵੀ ਮਾਰਦੇ ਸੀ ਅੱਜ ਵੀ ਚੀਕਾਂ ਮਾਰਦੇ ਆ ਬਦਲਿਆ ਕੀ ਪਹਿਲਾਂ ਵੀ ਇੱਥੇ ਸਰਕਾਰੀ ਸਕੂਲਾਂ ਚ ਸਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਸੀ ਤੇ ਅੱਜ ਵੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਮੈਨੂੰ ਸੱਚੀ ਦੱਸ ਸਿੱਖਿਆ ਦੇ ਵਿੱਚ ਬਦਲਾਅ ਕੀ ਆਇਆ ਪਹਿਲਾਂ ਵੀ ਰੰਗ ਰੋਗਨ ਸਕੂਲਾਂ ਨੂੰ ਚੰਗੇ ਹੁੰਦੇ ਸੀ ਤੇ ਟੀਚਰ ਪੂਰੇ ਨਹੀਂ ਹੁੰਦੇ ਸੀ ਅੱਜ ਵੀ ਰੰਗ ਰੋਗਨ ਤਾਂ ਹੋ ਜਾਂਦੇ ਆ ਪਰ ਟੀਚਰ ਪੂਰੇ ਨਹੀਂ ਬਦਲਿਆ ਕੀ ਆ ਬਦਲਾਅ ਦੱਸ ਦੇ ਸਿਰਫ ਬਦਲਾਅ ਪੁੱਛਦੇ ਆ ਡੀਸੀ ਦਫ਼ਤਰਾਂ ਦੇ ਵਿੱਚ ਬਹਿ ਕੇ ਪਹਿਲਾਂ ਵੀ ਜਿਹੜਾ ਕਹਲਾ ਉੱਥੇ ਜਾ ਕੇ ਬਹਿ ਜਾਣਾ ਸੱਤ-ਸੱਤ ਘੰਟੇ ਬੈਠੇ ਰਹਿਣਾ ਡੀਸੀ ਸਾਹਿਬ ਨਾਲ ਤਾਂ ਵੀ ਮੁਲਾਕਾਤ ਨਹੀਂ ਹੁੰਦੀ ਸੀ ਅੱਜ ਵੀ ਗਰੀਬ ਬੰਦਾ ਉੱਥੇ ਜਾ ਕੇ ਬਹਿ ਜਾਂਦਾ ਅੱਜ ਵੀ ਮੁਲਾਕਾਤ ਨਹੀਂ ਹੁੰਦੀ ਪਹਿਲ ਉੱਥੇ ਲੀਡਰਾਂ ਨੂੰ ਮਿਲਦੀ ਆ ਬਸ ਛੋਟੀ ਜੀ ਗੱਲ ਦੱਸ ਦੇ ਬਦਲਿਆ ਕੀ ਬਦਲਿਆ ਦੱਸ ਦੇ ਸਾਨੂੰ ਕੀ ਆ ਨਾਲ ਮੈਂ ਛੋਟੀ ਜੀ ਗੱਲ ਪੁੱਛ ਕੇ ਤੇ ਫਿਰ ਜਿਹੜਾ ਕਹਲਾ ਜਾਇਤ ਲਾਉਂਗਾ ਫਿਰ ਤੈਨੂੰ ਸੁਵਾਲਾਂ 'ਚ ਫਿਰ ਪੁੱਛਾਂਗੇ ਕਿ ਐਸ்சி ਕਮਿਸ਼ਨਰ ਜਿਹੜੇ ਮੈਂਬਰ ਹੁੰਦੇ ਸੀ ਉਹ 10 ਹੁੰਦੇ ਸੀ ਤੇਰੀ ਸਰਕਾਰ ਚ 5 ਰਹਿ ਗਏ ਤੂੰ ਧੱਕਾ ਕੀਤਾ ਕਿ ਨਹੀਂ ਕੀਤਾ 10 ਆ 8 ਘੰਟਿਆਂ ਦਾ ਜਿਹੜਾ ਕੰਮ ਅੰਗਰੇਜ਼ਾਂ ਤੋਂ ਟੱਪ ਗਿਆ ਫੋਟੋ ਭਗਤ ਸਿੰਘ ਹੋਰਾਂ ਦੀਆਂ ਤੇ ਫੋਟਮਾ ਲਾਉਣੀਆਂ ਬਾਬਾ ਸਭ ਅੰਬੇਦਕਰ ਦੀਆਂ ਤੇ ਸੋਚ ਜਰਨ ਡੈਰ ਵਾਲੀ ਤੇ ਤਸ਼ੱਦਦ ਗਰੀਬਾਂ ਤੇ ਮਨੁਵਾਦ ਵਾਲਾ ਮੈਨੂੰ 10 ਭਗਵੰਤ ਮਾਨਸਿਆਂ ਛੋਟੀ ਜੀ ਗੱਲ ਕਿ ਧੱਕੇ ਤਾਂ ਪਹਿਲਾਂ ਵੀ ਹੁੰਦੇ ਸੀ ਤੇਰੀ ਸਰਕਾਰ ਚ ਬਦਲਿਆ ਕੀ 12 12 ਘੰਟੇ ਕੰਮ ਭਗਵੰਤ ਮਾਨਸਿਆਂ ਇੱਕ ਲੱਖ ਰੁਪਿਆ ਤਨਖਾਹ ਲੈਣ ਵਾਲਾ 8 ਘੰਟੇ ਨਹੀਂ 6 ਘੰਟੇ ਕੰਮ ਕਰਦਾ ਉਹ ਵੀ ਉਹਨੂੰ ਸਾਹਿਬ ਜੀ ਕਹਿ ਕੇ ਹਰ ਕੋਈ ਬੁਲਾਉਂਦਾ ਤੇ ਇੱਕ ਜਿਹੜਾ ਦਿਹਾੜੀਦਾਰ ਆ ਉਹ 300 ਰੁਪਏ ਦੇ ਵਿੱਚ 350 ਦੇ ਵਿੱਚ ਤੂੰ ਕਹਿਣਾ 12 ਘੰਟੇ ਕੰਮ ਕਰੇ ਮੈਨੂੰ ਛੋਟੀ ਜੀ ਗਲਤੀ ਦੱਸ ਬਦਲਿਆ ਤਾਂ ਕੁਛ ਨਹੀਂ ਪਰ ਉਹਨਾਂ ਨੇ ਤੇਰਾ ਦੇਣਾ ਕੀ ਤੇਰੇ ਨਾਲ ਕਦੇ ਗਵਾਂਢੀ ਨਹੀਂ ਤੁਰਦੇ ਹੋਣੇ ਅੱਜ ਤੇਰੇ ਨਾਲ ਇਹਨਾਂ ਨੇ 12 1300 ਗਨਮੇ ਤੁਰਨ ਲਾਤਾ ਤੈਨੂੰ ਛੇਤੀ ਕਿਤੇ ਕੋਈ ਪਿੰਡ ਦਾ ਸਰਪੰਚ ਨਹੀਂ ਬੁਲਾਉਂਦਾ ਹੋਣਾ ਪਰ ਤੈਨੂੰ ਐਸਐਮ ਇਸ ਟਾਈਮ ਤੇ ਆਈਪੀਐਸ ਤਗੜੇ ਤਗੜੇ ਰੈਂਕ ਵਾਲੇ ਸਲੂਟ ਮਾਰਨ ਲਾਤੇ ਇਹਨਾਂ ਲੋਕਾਂ ਨੇ 10 ਤੂੰ ਇਹਨਾਂ ਲੋਕਾਂ ਨੂੰ ਦਿੱਤਾ ਕੀ ਲੋਕਾਂ ਤੇ ਇਹਨਾਂ ਅਤਿਆਚਾਰ ਨਾ ਕਰੋ ਇਹ ਅਤਿਆਚਾਰ ਆ ਤੁਸੀਂ ਸਾਨੂੰ ਨਸ਼ਾ ਬੰਦ ਕਰਕੇ ਦਿਓ ਸਿਹਤ ਸਿੱਖਿਆ ਰੋਜ਼ਗਾਰ ਦਾ ਪ੍ਰਬੰਧ ਕਰਕੇ ਦਿਓ ਫ੍ਰੀ ਦੀਆਂ ਸਹੂਲਤਾਂ ਤੁਸੀਂ ਬੰਦ ਕਰ ਦਿਓ ਭਾਵੇਂ ਸਸਤੀਆਂ ਕਰ ਦਿਓ ਐਸ்சி ਬੀਸੀ ਜਰਨਲ ਕੋਈ ਹੋਵੇ ਮੈਂ ਕਹੂੰਗਾ ਕਿ ਭਗਵੰਤ ਮਾਨ ਚੰਗਾ ਉਦੋਂ ਮੈਂ ਕਹੂੰਗਾ ਭਗਵੰਤ ਮਾਨ ਚੰਗਾ ਪਰ ਫ੍ਰੀ ਦੇ ਵਿੱਚ ਜਰਨ ਐਵੇਂ ਐਵੇਂ ਆਪਾਂ ਕਰਕੇ ਉਹ ਭਾषणबाजीਆ ਪਿਛਤਰ ਸਾਲਾਂ ਤੋਂ ਮੇਰੇ ਵੱਡੇ ਵੀਰਾਂ ਇਹੀ ਕੰਮ ਚੱਲਦਾ ਆ ਰਿਹਾ ਭਾषणਗਰੀਆਂ ਕਰ ਲਈਆਂ ਪਰ ਲੋਕਾਂ ਨੂੰ ਮਿਲਿਆ ਕੁਛ ਨਹੀਂ ਤੂੰ ਵੀ ਦੱਸ ਦੇ ਭਰਾ ਤੇਰੀ ਸਰਕਾਰ ਚ ਬਦਲਿਆ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ